ਅਸਲਾਮ ਵਾਲੇਕੁਮ ਮਾਰਕਾ, ਮੈਂ ਤੁਹਾਡਾ ਸਰੱਖੀ ਬਿਰਾ ਗੁਲਾਮ ਸਜਾਦ। ਗੱਲ ਇਹ ਕਿ ਜਦੋਂ ਤੁਹਾਨੂੰ ਯਕੀਨ ਹੈ ਹਕੂਮਤ ਕੋ ਕਿ ਅਸਾਂ ਮੁੱਦਤ ਪੂਰੀ ਕਰੇ ਸੂ, ਤਾਂ ਵਾਲੇ ਨੇ ਵਜ਼ਾਹਤਾਂ ਕੀ ਹਾਂ, ਤੁਸਾਂ ਗਲਤ ਕੋਈ ਨਵੇ ਤਾਂ ਤਵੀਲਾਂ ਕੀ ਹਾਂ। ਆਖਿਰ ਹੁਣ ਆਦੇ ਪਏ ਅਹਿਮ ਸ਼ਖਸੀਅਤ ਦਾ ਇਤਮਾਦ ਹੈ ਕਿ ਹਕੂਮਤ ਆਪਣੀ ਮੁੱਦਤ ਪੂਰੀ ਕਰੇ ਸੀ ਵੀ। ਅਸਾਂ ਤੁਹਾਡੇ ਕੋਲੋਂ ਪੁੱਛੇ ਉਹ ਆਖਿਆ ਕਿ ਪੀਟੀਆਈ ਲਾ ਦੇ ਮੁੱਦਤ ਪੂਰੀ ਨਾ ਕਰੇ ਸੀ, ਉਹਨਾਂ ਬਾਅਦ ਬੱਪੀ ਆ ਗਈ 30 ਅਕਤੂਬਰ ਤੱਕ ਲਾ। ਤੁਸੀਂ ਇੱਕ ਕੰਮ ਜ਼ਰਾ ਜੰਬੂ ਤਾਂ ਸਹੀ, ਕੁਝ ਹੌਸਲਾ ਤਾਂ ਕਰੋ। ਮੈਂ ਇਹ ਨਹੀਂ ਆਖਦਾ ਕਿ ਮਹੀਨਾ ਅਡੂ ਵਾਲੀ ਗੱਲ ਹੈ, ਜਿਵੇਂ ਪੀਟੀਆਈ ਆਦਿ ਕੱਢੀ ਨਵਾਂ ਚੀਫ ਜਸਟਿਸ ਸਾਥੀ ਦਿੱਤੇ ਸੀ, ਇਹਨਾਂ ਦਾ ਬਿਸਤਰਾ ਗੋਲ ਥੀ ਆਵੇ ਸੀ। ਠੀਕ ਹੈ, ਥੋੜ੍ਹਾ ਬਹੁਤ ਗਿਣ ਗਿਣ ਸੋ, ਕਿਉਂਕਿ ਤੁਸੀਂ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਆਪਣਾ ਜੋ ਤਰਮੀਮ ਹੈ ਨਾ ਆਈ ਨਹੀਂ ਅਦਾਲਤੀ, ਉਹ ਤੁਸੀਂ ਪਾਸ ਕਰਾ ਗਿਣ ਸੋ। ਉਹ ਮੈਨੂੰ ਪਤਾ ਲੱਗ ਗਿਆ ਤੁਸੀਂ ਆਪਣੀ ਗਿਣਤੀ ਪੂਰੀ ਕੀਤੀ, ਕਿਹੜੇ ਵੀ ਸਿਸਟਮ ਤੁਹਾਡਾ ਸਿੱਧਾ ਠੀਕ ਹੈ। ਅਤੇ ਮੌਲਾਨਾ ਫਜ਼ਲ ਰਹਿਮਾਨ ਵੀ ਜਿਹੜਾ ਨਾ ਪੀਟੀਆਈ ਦੀ ਕਮਰ ਖੰਜਰ ਘੋਂਪ ਦਿੱਤੇ, ਉਹਨੇ ਵੀ ਬੜੇ ਤਰੀਕੇ ਨਾਲ। ਮਸਲਾ ਕਿਆ ਸੀ, ਐਕਚੁਅਲ ਗੱਲ ਇਹ ਕਿ ਇਹਨਾਂ ਕੋਲ 3-4 ਅਹਿਮ ਤਰਮੀਮ ਕਰਨੀਆਂ ਹਨ, ਅਤੇ ਇਹਨੇ ਕਿਹਾ ਕਿ ਅਸਾਂ 54 ਤਰਮੀਮਾਂ ਕਰਵੇ ਸੋ, 54 ਤਬਦੀਲੀਆਂ ਸੀ, ਇਹ ਕਰਦੇ ਸੋ, ਉਹ ਕਰਦੇ ਸੋ, ਉਹ ਕਰਦੇ ਸੋ। ਖੌਫ ਹਰਾਸ ਪੈਦਾ ਥੀ ਗਿਆ, ਪੀਟੀਆਈ ਸਾਰੇ ਜਜ਼ਬਾਤੀ ਥੀ ਗਏ, ਜਦ ਇੱਕ ਪੂਰੀ ਪਲਾਨ ਸਟ੍ਰੈਟੇਜੀ ਦੇ ਤਹਿਤ ਕੀਤਾ ਗਿਆ। ਅਤੇ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਹੀਰੋ ਬਣੇ ਉਸ ਟਾਈਮ, ਨਹੀਂ ਜੀ ਮੁਸਵਦਾ ਮੁਸਤਰਦ ਏ, ਅਸਾਂ ਇਹਦੇ ਨਾਲ ਕਹਿ ਨਹੀਂ, ਇਹ ਕਰਸੋ ਪੀਟੀਆਈ ਨਾਲ ਖੜੇ ਹਾਂ, ਅਤੇ ਤੁਸਾਂ ਉਹਦੀ ਚਾਲ 'ਚ ਆ ਗਏ। ਤੁਹਾਨੂੰ ਪਤਾ ਕੋਈ ਨਹੀਂ, ਤੂੰ ਤਾਂ ਵੱਡਾ ਮੁਨਾਫਿਕ ਕੋਈ ਕਹਿ ਨਹੀਂ, ਉਹ ਤਾਂ ਡੀਜ਼ਲ ਤੋਂ ਬਗੈਰ ਚੱਲਦਾ ਹੀ ਕੋਈ ਨਹੀਂ। ਮਾਦਰਤ ਨਾਲ ਮੈਂ ਗਲਤ ਲਫ਼ਜ਼ ਇਸਤੇਮਾਲ ਕੀਤੇ, ਮੈਂ ਮਾਫ਼ੀ ਚਾਹਨਾ, ਲੇਕਿਨ ਗੱਲ ਇਹ ਕਿ ਇਹਦਾ ਇਹ ਡੇਢੇ ਹਲਵੇ ਦੀ ਪਲੇਟ ਮਿਲ ਸੀ, ਅਤੇ ਇਹ ਸਿੱਧਾ ਇਹਦਾ ਕੋਈ ਨਹੀਂ ਸਿੱਧਾ। ਇਹ ਯਕੀਨ ਮੰਨੋ, ਇਹ ਮੜਕਾ ਬੰਨੂ ਹੀ ਵੇ ਪੀਟੀਆਈ ਦਾ ਵੀ ਅਤੇ ਆਵਾਮ ਦਾ ਵੀ। ਇਹ ਮੌਲਾਨਾ ਫਜ਼ਲ ਰਹਿਮਾਨ ਬਰਬਾਦ ਥੀ ਵੇ ਸ਼ਾਲਾ, ਬਰਬਾਦ ਕੀਤੀ ਵੇ, ਕੱਖ ਨਾ ਰਵੇ। ਇਹ ਹਕੂਮਤ ਨਾਲ ਮਿਲ ਤੇ ਇਹ ਪੀਟੀਆਈ ਕੋ ਟ੍ਰੈਪ ਦੇ ਵਿੱਚ ਗਿਣ ਆਏ ਵੇ। ਇਹ ਹੁਣ ਕਹਿਤੀ ਸੀ ਜਿਹੜੀਆਂ ਅਹਿਮ ਤਬਦੀਲੀਆਂ ਹਨ ਅਦਾਲਤ ਦੇ ਵਿੱਚ, ਉਹ ਕਿਹੜੀਆਂ ਹਨ, ਆਈਨੀ ਅਦਾਲਤ, ਮਿਲਟਰੀ ਕੋਰਟ ਸਿਵਿਲੀਅਨ ਵਾਲਾ, ਅਤੇ 2-4 ਵੀਆਂ ਇਹ ਤੁਹਾਨੂੰ ਯਾਦ ਹੋ ਸਿੱਧੂ ਮਹੀਨਾ ਪਹਿਲੇ ਖਾਜਾ ਆਸਿਫ ਨੇ ਆਖਿਆ ਸੀ, ਤਾਂ ਕਿ ਇਹ ਸਾਰੀ ਤਬਾਹੀ ਹੈ, ਐਨੀ ਮੈਲਟ ਡਾਊਨ ਆ ਸੀ ਅਗਰ ਅਕਤੂਬਰ ਦੇ ਵਿੱਚ ਸਾਡਾ ਜੱਜ ਫਾਇਜ਼ੀ ਸਨ ਆ ਰਿਹਾ ਤਾ। ਇਹ ਹੁਣ ਕਿਆ ਕਰੇ ਸਨ, ਸੱਜਰੀ ਖਾ ਤੇ ਖੱਬੀ ਮਰੇ ਸਨ। ਇਹ ਤਾਂ ਆਖੇ ਨਾ ਐਕਸਟੈਂਸ਼ਨ ਲੈਂਦੇ ਪਏ ਹੈ, ਮੁੱਦਤ ਵਧੇਂਦੇ ਪਏ ਹੈ, ਅਸੀਂ ਚੀਫ ਜਸਟਿਸ ਅਸੀਂ ਸਾਰੇ ਉਹ ਪਾਸੇ ਟੁਰ ਪੈਣ ਵਿੱਚ ਖਾਤੇ ਲਪੇੜ ਕੇ ਗਾਲ ਬਈਏ। ਉਹ ਹੁਣ ਮੌਲਾਨਾ ਫਜ਼ਲ ਰਹਿਮਾਨ ਨੂੰ ਪੌੜੀ ਤੇ ਚੜ੍ਹਾ ਕੇ ਅੱਗਾਂ ਗਿਣੈਨ, ਤੇ ਪੀਟੀਆਈ ਵੀ ਹੁਣ ਖੁਦਕੁਸ਼ੀ ਕਰਨ ਕੋ ਤਿਆਰ ਥੀ ਗਈ ਹੈ। ਇਹ ਜਨਾਬ ਅਧਿਆ ਤਰਮੀਮਾ ਗੱਡਸਨ ਤੇ ਨਵੀਆਂ ਆਸ ਸਮਝਾਂਦੀ ਵੀ ਨਾ, ਉਸ ਮਿਲ ਜੁਲ ਤੇ ਤਿਆਰ ਥਾ, ਇਲਜ਼ਾਮ ਤੁਹਾਡੇ ਉੱਤੇ ਵੀ ਆ ਸੀ, ਤੇ ਹਕੂਮਤ ਦਾ ਜਿਹੜਾ ਮਕਸਦ ਏ ਉਹਦੇ ਚੋਂ ਕਾਮਯਾਬ ਥੀ ਵੀ ਸੀ। ਇਹ ਇਹਨਾਂ ਦੇ ਅਕਲ ਕਹਿ ਨਹੀਂ, ਉਹ ਅਲੀਮਾ ਬੇਨ ਸਾਡੀ ਠੀਕ ਆਦੀ ਹੈ ਨਾ ਕਿ ਇਮਰਾਨ ਖਾਨ ਨੂੰ ਜੈਜ ਕਢਵਾਉਣ ਵਾਸਤੇ ਕੋਈ ਤਿਆਰ ਕੋ ਨਹੀਂ, ਕੋਈ ਸੰਜੀਦਾ ਕੋ ਨਹੀਂ, ਇਹਨਾਂ ਕੋ ਸਿਰਫ ਆਪਣੇ ਕੰਮਾਂ ਦੀ ਪਈ ਹੋਈ ਹੈ, ਇਹਨਾਂ ਕੋ ਆਪਣੇ ਅਹੁਦਿਆਂ ਦੀ ਪਈ ਹੋਈ ਹੈ, ਇਹ ਬੈਠਣ ਦਾ ਉਹ ਤਾਂ ਕਾਟਦੇ। ਹੁਣ ਮੈਂ ਕੋਈ ਰਹੋ ਫਸਨ ਕਿਉਂ ਇਹ ਬਿਆਨ ਦਿੱਤੇ, ਇਮਰਾਨ ਖਾਨ ਦੇ ਬਿਆਨ ਤੋਂ ਬਾਅਦ ਕਿਸੀ ਐਸਟੈਬਲਿਸ਼ਮੈਂਟ ਨਾਲ ਹੀ ਗੱਲ ਕਰੇ ਸੂ ਵੀ ਤੂੰ ਵੱਡਾ ਹੈ, ਤੂੰ ਤੋਂ ਲੈ। ਜਿਹੜਾ ਇਮਰਾਨ ਖਾਨ ਇਹ ਬਿਆਨ ਦੇ ਰਹੀ ਤੇ ਕਿ ਅਸਾਂ ਨਾ ਐਸਟੈਬਲਿਸ਼ਮੈਂਟ ਨਾਲ ਕੋਈ ਰਾਬਤਾ ਕਰਨੇ, ਨਾ ਐਸਟੈਬਲਿਸ਼ਮੈਂਟ ਨਾਲ ਅਸਾਂ ਕੋਈ ਗੱਲਬਾਤ ਕਰਨੀ, ਤੇ ਰਹੋ ਫਸਨ ਕੌਣ ਹੈ ਇਮਰਾਨ ਖਾਨ ਦੇ ਉੱਤੋਂ, ਇਹ ਦੂਜਾ ਸ਼ੇਰ ਅਫਜ਼ਲ ਮਰਵਤ ਬਣਨ ਨੂੰ ਤਿਆਰ ਹੈ, ਜਿਵੇਂ ਉਹਦਾ ਮੈਂ ਦੂਜਾ ਹਾਂ ਅਸੀਂ ਮੈਂ ਕਹੀਂ ਦੀ ਨਹੀਂ ਸੁਣਨੀ, ਸਾਊਦੀ ਅਰਬ ਦੇ ਖਿਲਾਫ਼ ਬਿਆਨ ਦੇ ਦੇਣਾ ਫਲਾਣਾ, ਮਤਲਬ ਤੁਸਾਂ ਇਹ ਉਹਨਾਂ ਦੀ ਤਰਫੋਂ ਸਾਡੀ ਪਾਰਟੀ 'ਚ ਆਏ ਹੋਏ ਵੇ, ਪੀਟੀਆਈ ਦੇ ਹਾਕੇ ਬੈਠੇ ਹੋਏ ਵੇ, ਜੇ ਜਿੱਥਾਂ ਅਸੀਂ ਅੰਦਰੋਂ ਸਾ ਖੁਤਰੀ ਰਹੋ ਉਡੂ ਹਮਲਾ ਕਰੇ ਸਨ, ਅੰਦਰੋਂ ਸਾ ਕਮਜ਼ੋਰ ਕਰ ਚੁੱਕੇ ਉਸ ਦੇ ਸਿਸਟਮ ਗਿਆ। ਯਾਰ ਕੋਈ ਅਕਲ ਕੋ ਹੱਥ ਮਾਰੋ, ਇਹ ਕੋਈ ਕੰਮ ਹੀ ਕਰਨ ਵਾਲਾ, ਇੰਨੀ ਤਰਮੀਮ ਦਾ ਮੁਸਵਦਾ ਮੁਸਤਰਦ ਹੈ ਇਮਰਾਨ ਖਾਨ ਦੀ ਤਰਫੋਂ। ਇਹ ਪਾਰਟੀ ਜਿਹੜੇ ਵਿਕਨ ਉਹ ਤਾਂ ਹੋ ਸਨ ਲੋਟੇ, ਉਹ ਤਾਂ ਨਜ਼ਰ ਵੀ ਆ ਸਨ, ਉਹ ਕਿ ਬੇਮਾਨ ਥੀ ਗਏ, ਮੁਕਰ ਗਏ, ਆਵਾਮ ਦਾ ਵੋਟ ਗਏ, ਕਹਿੰਦੇ ਵੋਟ ਇਹਦੇ ਕਰ ਸਨ ਨਾਇਲ ਦੀ ਵਜ੍ਹਾ, ਠੀਕ ਹੈ ਹਲਕੇ ਚਾਹ ਸਨ ਆਪੇ ਖੱਲੇ ਖਾ ਸਨ, ਆਵਾਮ ਕੋਲ ਉਹਨਾਂ ਦੀ ਦੁਰਗਤ ਬਣ ਗਈ ਸੀ। ਲੇਕਿਨ ਕਮ ਅਜ਼ ਕਮ ਅਗਰ ਤੁਸੀਂ ਮਿਲ ਕੇ
ਆਫੀਸ਼ੀਅਲ ਆਰਡਰ ਦੇ ਉੱਤੇ ਮੌਲਾਨਾ ਫਜ਼ਲ ਰਹਿਮਾਨ ਦੇ ਨਾਲ ਤੁਸੀਂ ਇਹ ਤਰਮੀਮ ਪਾਸ ਕਰਨ ਦੇ ਹੱਕ ਵੋਟ ਦੇ ਦੇਵੇ ਤਾਂ ਯਾਰ ਇਹ ਤਾਂ ਖਾਨ ਦੇ ਨਾਲ ਜ਼ਿਆਦਤੀ ਕਰਨ ਵਾਲੀ ਗੱਲ ਹੈ ਨਾ। ਹਕੂਮਤ ਦੇਖੋ ਨਵਾਜ਼ ਸ਼ਰੀਫ ਹਾਲੇ ਤੱਕ ਸ਼ਬਾਜ਼ ਸ਼ਰੀਫ ਕੋਲ ਨਾਰਾਜ਼ ਬੈਠੇ ਵੀ ਤੂੰ ਨਾ ਕਰ ਸਕੇ, ਇਤਨੀ ਉਹਨਾਂ ਦੀ ਬੇਇੱਜ਼ਤੀ ਤਾਂ ਇਹ ਚਾਰ ਦੀਵਾਰਾਂ ਮਲੰਦਰੀ ਮਰਿੰਦੇ ਰਹਿ ਗਏ, ਕੁਸ਼ਤੀ ਭਿੜਦੇ ਰਹਿ ਗਏ, ਪਾਸ ਨਹੀਂ ਕਰਾ ਸਕੇ ਉਹ। ਹੁਣ ਨਵਾਜ਼ ਸ਼ਰੀਫ ਤਿਆਰ ਥੀ ਅਗਰ ਲੰਡਨ ਵਾਲੇ ਅਕਤੂਬਰ ਦੇ ਪਹਿਲੇ ਹਫ਼ਤੇ ਜੂ ਇਹ ਵਲਦਾ ਪੈਣਾ ਪਰਸੋਂ ਤਰਸੋਂ ਖਿਤਾਬ ਕਰਦੇ UNO ਦੇ ਵਿੱਚ ਸ਼ਬਾਜ਼ ਸ਼ਰੀਫ ਆਮਨ ਨਾਲ ਸਭ ਤੋਂ ਪਹਿਲਾਂ ਏਜੰਡਾ ਇਹੋ ਰੱਖਣਾ ਸੈਨੇਟ ਇਜਲਾਸ ਦੇ ਵਿੱਚ, ਲੇਕਿਨ ਕੋਈ ਨਾ ਉਹਨਾਂ ਦੀਆਂ ਵਜ਼ਾਹਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਕਿਉਂ? ਕਿਉਂਕਿ IMF ਤੋਂ ਕਰਜ਼ਾ ਵੀ ਮਿਲ ਗਏ, ਇਹ ਇੰਨੀ ਤਰਮੀਮ ਵੀ ਪਾਸ ਸੀ, ਹਕੂਮਤ ਉਹਨੇ ਆਪੇ ਪੂਰੀ ਕਰਨੀ ਹੈ। ਵਜ੍ਹਾ ਕਿਆ ਹੈ? ਵਜ੍ਹਾ ਸਾਡੇ ਫੌਜੀ ਕਮਜ਼ੋਰ ਹਨ, ਸਾਡੇ ਫੌਜੀ ਵਿਕਣ ਨੂੰ ਤਿਆਰ ਹਨ, ਸਾਰਾ ਆਪਣਾ ਜੋ ਸਿਪਾਹੀ ਇਹਨਾਂ ਨਾਲ ਮਿਲਿਆ ਖੜਾ ਹੈ, ਸੰਭੀਆ ਕਿਆ ਕਰੇ ਸੂ, ਹਕੂਮਤ ਜਿੱਤਣੀ ਜਿੱਤਣੀ ਹੈ। ਜਿੱਦਣ ਤੱਕ ਇਹ ਕਾਲਿਆਂ ਭੇਜਾਂ ਨਾ ਨਿਕਲ ਸਨ, ਇਹ ਕਾਲਿਆਂ ਭੇਜਾਂ ਨਿਕਲ ਸਨ ਅਤੇ ਇਹ ਵੱਲ ਬਣ ਕੇ ਕੰਮ ਪੁੱਛਦਾ ਸੀ। ਲੇਕਿਨ ਬਜਲਾ ਗਾਲ ਹੈ ਚਾਚਾ ਸ਼ਬਾਜ਼ ਸ਼ਰੀਫ, ਤੂੰ ਆਈਨੀ ਤਰਮੀਮ ਵੀ ਪਾਸ ਕਰਾ ਵੈਸੇ, ਤੂੰ IMF ਤੋਂ ਕਰਜ਼ਾ ਵੀ ਗਿਣਦਾ, ਲੇਕਿਨ ਜਿਹੜਾ ਤੂੰ ਮਹਿੰਗਾਈ ਦਾ ਹਾਲ ਕਰਨਾ ਮੈਨੇ, ਜਿਹੜਾ IPPs ਨਾਲ ਮਿਲ ਕੇ ਜਿਸ ਤਰ੍ਹਾਂ ਮੁਲਕ ਦਾ ਨੁਕਸਾਨ ਦਿੰਦਾ ਪਿਆ, ਜਿਹੜੀ ਤੂੰ ਪ੍ਰਾਈਵੇਟਾਈਜੇਸ਼ਨ ਗਿਣ ਕੇ ਆਉਂਦਾ ਪਿਆ, ਜਿਹੜੇ ਤੂੰ ਕਈ ਸਰਕਾਰੀ ਮਹਿਕਮੇ ਬੰਦ ਕਰਕੇ ਬੇਰੁਜ਼ਗਾਰੀ ਦਾ ਇੱਕ ਦਰ ਖੁੱਲ੍ਹਣਾ ਪਿਆ ਨਾ, ਇੱਕ ਇਹ ਜਿੰਨ ਤੂੰ ਬਾਹਰੋਂ ਕੱਢਣਾ ਪਿਆ, ਇਹ ਤੁਹਾਡੀ ਹਕੂਮਤ ਦਾ ਸਿਰ ਗਿਣ ਕੇ ਰਾਸੀ ਮੈਂ ਤੱਕ ਦੱਸਣਾ ਪਿਆ। ਆਵਾਮ ਕਿਧਰੇ ਤੱਕ ਜ਼ੁਲਮ ਬਰਦਾਸ਼ਤ ਕਰੇ ਸੀ, ਕਿਧਰੇ ਤੱਕ ਮਹਿੰਗਾਈ ਦੀ ਚੱਕੀ ਦੇ ਵਿੱਚ ਫਿਸਦੇ ਰਹੇ ਸੀ? ਤੂੰ ਨਿੱਤ ਸ਼ਾਹੀ ਤੁਹਾਡੀ ਦਾ ਸੀ, ਨਿੱਤ ਸ਼ਾਹੀ ਸਿਰਫ ਅੱਲਾ ਦੀ ਹੈ, ਤੁਹਾਡੀ ਕੋਈ ਨਹੀਂ, ਸਾਰਿਆਂ ਦਾ ਵਕਤ ਮੁਕਰਰ ਹੈ, ਸਾਲ ਦੋ ਚਾਰ ਪੰਜ ਉੱਤੇ ਕੋਈ ਨਹੀਂ ਆਉਂਦਾ, ਗਿਣਤੀ ਪੂਰੀ ਉਲਟੀ ਉਲਟੀ ਘੜੀ ਚੱਲਦੀ ਹੈ, ਤਾਂ ਸਿੱਧੀ ਨਹੀਂ ਚੱਲਦੀ, ਘੱਟ ਸਨ ਵੀ ਵੱਧਦੇ ਨਹੀਂ ਹੈ। ਹੁਣ ਤੂੰ ਤੁਹਾਡੀ ਤਰਫੋਂ ਕਰੇ ਪੈਗਾਮ ਆਉਂਦਾ ਪਿਆ ਸੀ ਅਹਿਮ ਸ਼ਖਸੀਅਤ ਨੇ ਇਤਮਾਦ ਦਾ ਇਜ਼ਹਾਰ ਕਰਨਾ, ਤਾਂ ਠੀਕ ਹੈ, ਅਹਿਮ ਸ਼ਖਸੀਅਤ ਨਾਲ ਤੁਸੀਂ ਇੱਕ ਪੇਜ ਦੇ ਰਹੋ, ਇਕੱਠੇ ਰਹੋ, ਤੁਸੀਂ ਸਭ ਕੋਈ ਇਤਰਾਜ਼ ਕੋ ਨਹੀਂ, ਮੁਲਕ ਦੇ ਰਹਿ ਕੇ ਬਿਹਤਰ ਕਰੋ, ਲੇਕਿਨ ਇਹ ਜਿਹੜਾ ਤੁਸੀਂ ਇਨਸਾਨੀ ਹਕੂਕ ਦੇ ਖਿਲਾਫ ਵਰਜਿਆ ਕਰਨ ਦਾ ਪਿਆ ਵੇ, ਨਾ ਕਿ ਇਮਰਾਨ ਖਾਨ ਕੋਈ ਜੈਲ ਰੱਖੀ ਪਿਆ ਵੇ, ਵੀ ਆ ਜਿਤਨੇ ਲੋਕਾਂ ਕੋਲ ਦਿਲ ਕਰਨ ਦਾ ਤੁਹਾਡਾ ਚਾਹ ਗਿੰਦੇ ਵੇ, ਤੁਸੀਂ ਜਲਸੇ ਨਹੀਂ ਵੇ ਕਰਾਉਣ ਦਿੰਦੇ, ਅੱਜ ਤੱਕ ਕਈ ਰੋਕਿਆ ਹੀ ਤੁਹਾਨੂੰ ਜਲਸੇ ਕਰਾਉਣ ਤੋਂ, ਜਾਂ ਕੋਈ ਰੋਕ ਸਕਦੇ ਵੱਲ? ਅਗਰ ਤੁਸੀਂ ਇਹ ਦਿਨ ਸਾਨੂੰ ਲੱਗੀ ਤਾਂ ਤੁਹਾਡਾ ਠੀਕ ਹੀ ਆ ਨਾ, ਤੁਹਾਡੇ ਨਾਲ ਤੁਸੀਂ ਆਪਣੇ ਤੋਂ ਪਹਿਲੇ ਸਰਦਾਰੀ ਨਾਲ ਕਿਆ ਕਰਨ ਦੇ ਰਹਿ ਗਏ, ਹੁਣ ਅੱਜ ਉਹ ਹੀ ਤੁਹਾਡੇ ਨਾਲ ਮਿਲਿਆ ਬੇਟੇ, ਇਹਦੀ ਜ਼ਬਾਨ ਤਾਂ ਨਵਾਜ਼ ਸ਼ਰੀਫ ਨੇ ਕਟਵਾਈ, ਜੈਲ ਵੀ ਨਹੀਂ ਰੱਖੀ ਰਹਿ ਗਈ ਉਹ ਨਜ਼ਰ, ਇਹ ਥੋੜ੍ਹੇ ਦਿਨ ਕੀਤੇ ਬੇਨਦੀਰ ਦੇ ਨਾਲ ਕਿਆ ਕੀਤਾ, ਮਤਲਬ ਇਹ ਤਾਂ ਕੋਈ ਗੱਲ ਨਹੀਂ। ਹੁਣ ਤੁਸੀਂ ਨੈਬ ਵੀ ਤੁਹਾਡਾ FIA ਦੁਆਰਾ ਹੁਣ ਇਲੈਕਸ਼ਨ ਕਮਿਸ਼ਨ ਜਿਵੇਂ ਚਿੱਟੇ ਪੇੜ ਤੇ ਮੁਕਰਿਆ ਬੈਠੇ, ਅਸਲੋ ਚਿੱਟਾ ਕੂੜ ਜਿਵੇਂ ਸੁਪਰੀਮ ਕੋਰਟ ਦੀ ਮੈਂ ਗੱਲ ਤੇ ਅਮਲ ਹੀ ਨਹੀਂ ਕਰਦਾ ਜੀ, ਇਵੇਂ ਨਾ ਕਰੇ ਸੇ, ਇੱਥੇ ਸੁਪਰੀਮ ਕੋਰਟ ਦਾ ਵੀ ਬਣਦਾ ਨਾ, ਇਹ ਘਰ ਭੇਜੋ ਲਾਹੌਰ ਦੇ ਉੱਤੇ, ਤੁਸੀਂ ਨੇ ਅਦਾਲਤ ਕੇ 2 ਮਹੀਨੇ ਦੇ ਕਿਨੇ ਫੈਸਲਾ ਦਿੱਤਾ ਤੇ ਅਮਲ ਦਰਾਂ ਬੰਦ ਕੀਤਾ, ਹੁਣ ਵਲਾ ਅਪੀਲ ਲਈ ਕੜੇ 8 ਦੀਵਾਰਾਂ ਇਜਲਾਸ ਕਰਨ ਤੋਂ ਬਾਅਦ ਸਾਨੂੰ ਰਾਹ ਦਿਓ, ਰਾਹ ਦਿਓ ਤੇ 2 ਮਹੀਨੇ ਪਹਿਲੇ ਤੁਸੀਂ ਕੀਤਾ, ਮੈਂ ਪਹਿਲੀ ਵਾਰ ਬਣ ਤੇ ਰਾਹ ਗਿਨੋ ਆਵੇ ਤੁਸੀਂ ਪਾਰਲੀਮੈਂਟ ਤੋਂ, ਹੁਣ ਉਹ ਥੀ ਬਣਾਈ ਤਾਂ, ਕਿਉਂਕਿ ਤਰੀਕੇ ਦੇ ਤਹਿਤ ਰੋਕ ਹੀ ਰਹਿ ਗਿਆ ਨਾ ਕਿ ਅਸਾਂ ਪਾਰਲੀਮੈਂਟ ਜੀ ਇਹ ਚੀਜ਼ ਪਾਸ ਕਰਨੀ ਤੇ ਤੁਸੀਂ ਰੁਕੋ ਤੇ ਵਲਾ ਤੋਂ ਅਸਾਂ ਕੰਟਰਾਸਟ ਕਰ ਤੇ ਵਲਾ ਅਦਾਲਤ ਵੰਜ ਖੜਾ, ਇਹ ਗੱਲ ਨਹੀਂ ਥੀ ਹੁਣੀ। ਆਵਾਮ ਕੋ ਆ ਪਹਿਰਾ ਦੇਵਣੇ ਆਪਣੇ ਹੱਕ ਦੇ ਉੱਤੇ, ਇਹਨੇ ਕੋਈ ਡਾਕਾ ਨਹੀਂ ਮਾਰਨ ਦੇ ਵਾਲਾ, ਖਾਨ ਦੇ ਨਾਲ ਖੜਨੇ, ਖਾਨ ਦੇ ਸਿਪਾਹੀ ਵੇ, ਉਹ ਬੰਦਾ ਕੂੜਾ ਨਹੀਂ, ਉਹ ਜਿਹੜੇ ਪਾਸੇ ਖੜੇ ਉਹ ਠੀਕ ਖੜੇ, ਤੇ ਤੁਸੀਂ ਵੀ ਆਪਣਾ ਮੁਨਾਰਾ ਪਕੜ ਤੇ ਖੜਾ ਹੈ, ਨਾ ਤਾਂ ਇਹ ਹਕੂਮਤ ਨਾਲ ਜ਼ਿਆਦਤੀ ਕਰੇ ਸੀ ਤੇ ਕਰੇਂਦੀ ਰਾਸੀ, ਉਧਰਾਂ ਤੱਕ ਸਾਡੀ ਜਾਨ ਨਾ ਛੁੱਟ ਸੀ, ਜਿੱਧਰ ਤੱਕ ਅਸਾਂ ਆਪਣਾ ਹੱਕ ਗਿਣ ਲੱਗ ਸਕੇ ਸਾਂ, ਆਪ ਖੜੇ ਨਾ ਸੀ, ਸੋ ਇਜਾਜ਼ਤ ਦਿਓ ਵੀਰਾਓ, ਅੱਲਾਹ ਹਾਫਿਜ਼।